ਤੇ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਵਿਚਾਰ ਵਟਾਂਦਰਾ ਅਸੀਂ ਜਾਰੀ ਰੱਖਿਆ ਹੋਇਆ ਹੈ। ਹੁਣ ਇਸ ਟਾਈਮ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਕੁਲਬੀਰ ਸਿੰਘ ਜੋ ਕਿ ਬੁਲਾਰੇ ਨੇ ਕਾਂਗਰਸ ਦੇ ਓਵਰਸੀਜ਼ ਤੋਂ। ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੁਝ ਆਪਣੇ ਪ੍ਰਤੀਕਰਮ ਉਹ ਦੇਣਾ ਚਾਹੁੰਦੇ ਹਨ। ਕੁਲਬੀਰ ਸਿੰਘ ਜੀ, ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਮੱਲਮ ਲਾ ਰਹੇ ਨੇ ਕਿ ਲੀਪਾਪੋਤੀ ਕਰ ਰਹੇ ਨੇ ਕਿ 1984 ਸਿੱਖ ਜੈਨੋਸਾਈਡ ਦੇ ਵਿੱਚ ਕਾਂਗਰਸ ਦਾ ਯਾਨੀ ਕਿ ਤੁਹਾਡੀ ਪਾਰਟੀ ਦਾ ਹੱਥ ਨਹੀਂ ਸੀਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਕੀਤ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਣ ਰਹੇ ਸਾਰੇ ਜਸ ਪੰਜਾਬੀ ਚੈਨਲ ਦੇ ਭਰਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਸਾਰੇ ਕਾਂਗਰਸੀ ਗਲਤ ਹਨ। ਮੈਂ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਕਿ ਸਾਰੇ ਅਕਾਲੀ ਗਲਤ ਹਨ। ਕਿਤੇ ਗੁਰਕੀਰਤ ਜੀ ਇਹ ਨਾ ਹੋਵੇ ਬਰਗਾੜੀ ਕਾਂਡ ਵਾਂਗੂ ਇਹਨਾਂ ਅਕਾਲੀਆਂ ਦਾ ਹੀ ਹੱਕ ਹੋਵੇ। ਕੌਣ ਜਿਹੜੇ ਸੀਗੇ ਉਹ ਗਲਤ ਸੀਗੇ ਉਹ ਵੀ ਦੱਸ ਦੋ। ਦੇਖੋ ਜੀ, ਤੁਸੀਂ ਕਹਿ ਰਹੇ ਹੋ ਕਿ ਕੁਝ ਲੋਕ ਗਲਤ ਹੋ ਸਕਦੇ ਹਨ, ਤਾਂ ਦੱਸ ਦੋ ਕਿਹੜੇ ਕਿਹੜੇ ਗਲਤ ਸੀਗੇ। ਗਲਤ ਤਾਂ ਪਤਾ ਬਾਹਰ ਆਏਗੀ ਜਦੋਂ ਗੱਲ ਇਹਨਾਂ ਦੀ ਕੋਈ ਕੇਸ ਜਿਹੜਾ ਕਸੂਰਵਾਰ ਮੰਨਿਆ ਜਾਏਗਾ ਉਹ ਗਲਤ ਤੇ ਆਪੇ ਸਾਰੀ ਦੁਨੀਆਂ ਦੇ ਸਾਹਮਣੇ ਹੈਗਾ ਕਿ ਕੌਣ ਗਲਤ ਨੇ ਕੌਣ ਠੀਕ ਨੇ। ਪਰ ਕੋਈ ਕਸੂਰਵਾਰ ਤਾਂ ਨਿਕਲੇ, ਆਪਾਂ ਕਹੀ ਜਾਂਦੇ ਹਾਂ ਨਾ, ਆਪਾਂ ਸਾਰਿਆਂ ਨੂੰ ਕਹੀ ਜਾਂਦੇ ਹਾਂ, ਕਹੀ ਜਾਂਦੇ ਸੀ ਜਿਸ ਤਰ੍ਹਾਂ ਬਰਗਾੜੀ ਕਾਂਡ ਵਿੱਚ ਆਪਾਂ ਕਹੀ ਗਏ ਹਾਂ ਸਾਰਿਆਂ ਨੂੰ। ਲੇਕਿਨ ਅਕਾਲੀ ਦਲ ਇਹਨੂੰ ਜ਼ਿੰਮੇਵਾਰ ਨਿਕਲਿਆ, ਜ਼ਾਹਰ ਹੋ ਗਈ ਗੱਲ ਕਿ ਅਕਾਲੀ ਦਲ ਨੇ ਹੀ ਸਾਰਾ ਕੁਝ ਕੀਤਾ। ਔਰ ਮੇਰੀ ਗੱਲ ਗੁਰਪ੍ਰੀਤ ਜੀ, ਇੱਕ ਗੱਲ ਹੈ, ਜਦੋਂ ਇੱਕ ਕਹਾਵਤ ਹੈ ਕਿ ਸੱਜਣਾ ਨੇ ਫੁੱਲ ਮਾਰਿਆ ਸਾਡੀ ਚੀਖ ਅੰਬਰਾਂ ਤੱਕ ਰੋਈ, ਪਰ ਦੁਸ਼ਮਣਾਂ ਦੇ ਪੱਤਰਾਂ ਦਾ ਸਾਨੂੰ ਦਰਦ ਜਰਾ ਨਾ ਕੋਈ। ਇਹ ਤਾਂ ਸੱਜਣਾ ਨੇ ਕੀਤਾ ਬਰਗਾੜੀ ਕਾਂਡ, ਜਿਹੜੇ ਸਿੱਖ ਕੌਮ ਦੇ ਠੇਕੇਦਾਰ ਸਨ, ਜਿਹੜੇ ਸਿੱਖ ਕੌਮ ਦੇ ਪਹਿਰੇਦਾਰ ਸਨ, ਜਿਹੜੇ ਸਿੱਖ ਪਰ ਕੀਤਾ ਵੀ ਕੀ ਉਹ ਗੁਰੂ ਗ੍ਰੰਥ ਸਾਹਿਬ ਜਿਹਨੂੰ ਸਿੱਖ ਜਗਤ ਕੀ ਸਾਰੀ ਦੁਨੀਆਂ ਸਵੇਰੇ ਉੱਠ ਕੇ ਨਮਸਕਾਰ ਕਰਦੀ ਹੈ, ਉਹਦੀ ਬੇਅਦਬੀ ਨੂੰ ਡੱਕਣ ਲਈ ਸਿੱਖ ਜਾਣ ਤੇ ਸਿੱਖਾਂ ਨੂੰ ਗੋਲੀ ਨਾਲ ਮਾਰ ਦਿੱਤਾ ਜਾਵੇ। ਇਹ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਾਂ। ਰੰਗਜੇਬ ਸਭ ਤੋਂ ਜ਼ੁਲਮੀ ਬੰਦਾ ਸੀ ਰੰਗਜੇਬ, ਲੇਕਿਨ ਰੰਗਜੇਬ ਜੀ ਦਾ ਪੁੱਤਰ ਜੋ ਰੰਗਜੇਬ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਕੋਲ ਆਇਆ ਕਿ ਮੈਨੂੰ ਰਾਜ ਲੈ ਕੇ ਦਿਓ, ਕਿ ਗੁਰੂ ਗੋਬਿੰਦ ਸਿੰਘ ਨੇ ਰਾਜ ਲੈ ਕੇ ਨੀ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਰੰਗਜੇਬ ਦੇ ਪੁੱਤਰ ਨੂੰ ਰਾਜ ਲੈ ਕੇ ਦਿੱਤਾ ਹੈ। ਪਰ ਇਹ ਤੇ ਆਪਾਂ ਉਹਨਾਂ ਦੀ ਗੱਲ ਕਰਨੇ ਪਿਆ ਕੱਲ ਜੋ ਹੋਇਆ ਵਿਧਾਨ ਸਭਾ ਚ, ਇਹ ਤਾਂ ਸਪਸ਼ਟ ਹੋ ਗਿਆ ਅਸੀਂ ਜਿਹਨਾਂ ਨੂੰ ਠੇਕੇਦਾਰ ਬਣਾਇਆ, ਜਿਹਨਾਂ ਨੂੰ ਧਰਮ ਦੇ ਠੇਕੇਦਾਰ ਅਸੀਂ ਸਮਝਦੇ ਹਾਂ। 36,000 crore ਜਿਹੜੀ ਇਨਵੈਸਟੀਗੇਸ਼ਨ ਦੀ ਗੱਲ ਸੀਗੀ ਕਿ ਹਾਂ ਆਪਾਂ ਪੱਕਾ ਕੁਝ ਨਾ ਕੁਝ ਕਰਾਂਗੇ, ਉਹ ਗੱਲ ਗੋਲਮੋਲ ਕਿਉਂ ਕਰ ਗਏ? ਉਹਨਾਂ ਨੇ ਨਿਖੇਧੀ ਤਾਂ ਕੀਤੀ ਪ੍ਰਕਾਸ਼ ਬਾਦਲ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਉਹਨਾਂ ਨੇ ਨਿਖੇਧੀ ਤਾਂ ਕੀਤੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ, ਲੇਕਿਨ ਐਂਡ ਆਫ ਦਾ ਡੇ ਉਹਨਾਂ ਦਾ ਸਟੈਂਡ ਸਮਝ ਨਹੀਂ ਆਇਆ, ਥੋੜਾ ਜਿਹਾ ਕਨਫਿਊਜ਼ਨ ਜੀ ਕ੍ਰੀਏਟ ਹੋ ਗਈ, ਤੁਸੀਂ ਕਲੀਅਰ ਕਰੋ। ਉਹ ਕਨਫਿਊਜ਼ਿੰਗ ਨਹੀਂ ਹੈਗੀ ਕਿਉਂਕਿ ਕੁਛ ਕੁਛ ਬਾਈ ਚੈਨਲ ਹੀ ਗੱਲਾਂ ਜਿਹੜੀਆਂ ਜਿਹੜੇ ਏਦਾਂ ਦੇ ਕੇਸ ਹੁੰਦੇ ਨੇ ਬਾਈ ਚੈਨਲ ਹੁੰਦੇ ਨੇ, ਇਕਦਮ ਤੇ ਉਹਨੂੰ ਹੱਥਕੜੀ ਨਹੀਂ ਲੱਗ ਜਾਣੀ, ਪਹਿਲਾਂ ਪੂਰਾ ਸਪਸ਼ਟ ਸਪਸ਼ਟ ਹਰ ਚੀਜ਼ ਬਾਹਰ ਆਵੇਗੀ। ਤੁਸੀਂ ਦੇਖ ਲਓ ਹਰ ਚੀਜ਼ ਬਾਹਰ ਆਵੇਗੀ। ਮੈਂ ਕੈਪਟਨ ਸਾਹਿਬ ਦੇ ਬੜਾ ਕਲੋਜ਼ ਰਿਹਾ, ਕੈਪਟਨ ਸਾਹਿਬ ਬਾਰੇ ਮੈਨੂੰ ਪੂਰਾ ਨੌਲੇਜ ਹੈ। ਕੈਪਟਨ ਸਾਹਿਬ ਬਖਸ਼ਣਗੇ ਨਹੀਂ, ਕੈਪਟਨ ਸਾਹਿਬ ਉਹ ਆਦਮੀ ਨੇ ਜਿਹਨਾਂ ਨੇ 83 ਦੇ ਵਿੱਚ ਹਰਿਮੰਦਰ ਸਾਹਿਬ ਦੇ ਟਰੈਕ ਤੇ ਆਪਣਾ ਅਸਤੀਫਾ ਦੇ ਦਿੱਤਾ ਸੀ। ਪਰ ਮੈਨੂੰ ਇੱਕ ਗੁਰਕੀਤ ਜੀ ਇੱਕ ਗੱਲ ਦੱਸਿਓ ਮੈਨੂੰ ਕਿ ਬਰਗਾੜੀ ਕਾਂਡ ਜਦੋਂ ਹੋਇਆ ਸੀ, ਬਰਗਾੜੀ ਕਾਂਡ ਦੇ ਕਿੰਨੇ ਅਕਾਲੀ ਦਲ ਰਾਜ ਸੀ, ਅਕਾਲੀ ਦਲ ਦੇ ਕਿੰਨੇ ਮਿਨਿਸਟਰ ਨੇ ਅਸਤੀਫਾ ਦਿੱਤਾ, ਅਕਾਲੀ ਦਲ ਦੇ ਕਿੰਨੇ ਬੰਦਿਆਂ ਨੇ ਆਪਣਾ ਰਾਜ ਭਾਗ ਛੱਡਿਆ, ਮੈਨੂੰ ਉਹ ਗੱਲ ਦੱਸੋ, ਕੋਈ ਇੱਕ ਬੰਦੇ ਨੇ ਵੀ ਰਾਜ ਭਾਗ ਛੱਡਿਆ ਜੀ? ਕੈਪਟਨ ਉਹ ਬੰਦਾ ਜਿਹਨੇ ਬੇਅਦਬੀ ਦੇ ਹਰਿਮੰਦਰ ਸਾਹਿਬ ਦੇ ਹੋਏ ਟਰੈਕ ਦੇ ਅਸਤੀਫਾ ਦੇ ਕੇ ਵਾਪਸ ਆ ਗਿਆ ਜੀ, ਮੈਂਬਰ ਪਾਰਲੀਮੈਂਟ ਠੁਕਰਾ ਦਿੱਤੀ ਜੀ ਉਹਨੇ। ਤੇ ਹੁਣ ਕੀ ਸਟੈਂਡ ਹੈ,
ਉਹ ਤਾਂ ਚਲੋ ਜੋ ਸਮਾਂ ਉਸ ਟਾਈਮ ਸੀਗਾ, ਹੁਣ ਇਸ ਸਮੇਂ ਦੇ ਵਿੱਚ ਐਂਡ ਆਫ ਦਾ ਡੇ ਅਗਰ 2018 ਦੀ ਗੱਲ ਕਰੀਏ, ਹੁਣ ਕਿਹੜੇ ਕਿਹੜੇ ਗੱਲਾਂ ਅਸੀਂ ਵੇਖ ਸਕਦੇ ਹਾਂ ਕਿ ਸਾਹਮਣੇ ਆਉਣਗੀਆਂ? ਕੋਈ ਸਮਝੌਤਾ ਤਾਂ ਨਹੀਂ ਹੋਇਆ ਤੁਹਾਡਾ ਬੈਕਡੋਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ? ਬਾਦਲ ਦਲ ਨਾਲ ਕੋਈ ਸਮਝੌਤਾ ਨਹੀਂ। ਬਾਦਲ ਦਲ ਨਾਲ ਸਮਝੌਤਾ ਹੁੰਦਾ ਇਹ ਰਿਪੋਰਟ ਸਾਹਮਣੇ ਨਾ ਆਉਂਦੀ ਸਾਰੀ, ਤੁਸੀਂ ਇਹ ਦੇਖ ਲਓ ਪੰਜਾਬ ਦੇ ਲੋਕ ਤਾਂ ਇਸ ਰਿਪੋਰਟ ਨੂੰ ਮੰਨਦੇ ਹੀ ਨਹੀਂ। ਉਹ ਤਾਂ ਇਸ ਰਿਪੋਰਟ ਨੂੰ ਮੰਨਦੇ ਨਹੀਂ, ਉਹ ਤਾਂ ਕਹਿੰਦੇ ਅਸੀਂ 5-5 10-10 ਰੁਪਏ ਦੀ ਵੇਚ ਰਹੇ ਹਾਂ, ਵਿਕੀ ਨਹੀਂ ਰਹੀ ਸਾਡੀ। ਰਿਪੋਰਟ ਨੂੰ ਨਾ ਮੰਨਣ ਕੀ ਕੀ ਝੂਠਾ ਬੰਦਾ ਕੀ ਕਰ ਸਕਦਾ? ਕਦੇ ਝੂਠਾ ਬੰਦਾ ਵੀ ਮੰਨਿਆ ਵੀ ਮੇਰਾ ਮੈਂ ਝੂਠ ਬੋਲਦਾ? ਝੂਠਾ ਬੰਦਾ ਕਦੇ, ਝੂਠਾ ਬੰਦਾ ਹਮੇਸ਼ਾ ਝੂਠ ਨੂੰ ਸੱਚ ਕਰਨ ਦੀ ਕੋਸ਼ਿਸ਼ ਕਰਦਾ ਜੋ ਬਾਦਲ ਕਰ ਰਿਹਾ। ਤੁਸੀਂ ਬਾਦਲ ਨੂੰ ਜਾਣਦੇ ਨੀ? ਬਾਦਲ ਦਾ ਬਾਦਲ 13 ਪ੍ਰਧਾਨਾਂ ਦਾ ਕਾਤਲ, 13 ਪ੍ਰਧਾਨ ਕਾਤਲ ਕੀਤੇ ਨੇ ਬਾਦਲ ਨੇ। ਇਹ ਬਾਦਲ ਉਹ ਬੰਦਾ ਵਾ, ਬਾਦਲ ਉਹ ਬੰਦਾ ਵਾ ਜਿਹਨੇ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਟੌਹੜਾ ਸਾਹਿਬ ਨੂੰ 23 ਸਾਲ ਟੌਹੜਾ ਸਾਹਿਬ ਨੇ ਪ੍ਰਧਾਨਗੀ ਕੀਤੀ, ਜਦੋਂ ਉਹਨੂੰ ਕੱਢਣ ਲੱਗਾ ਉਹਨੂੰ 1 ਮਿੰਟ ਵੀ ਮੈਂ ਸਿਰੋਂ ਪਾ ਨਹੀਂ ਦਿੱਤਾ। ਮੇਰੀ ਇੱਕ ਅਗਲੀ ਗੱਲ ਸੁਣਿਓ, ਜਥੇਦਾਰ ਰਣਜੀਤ ਸਿੰਘ ਨੇ ਲੰਕਾਰੀ ਕਤਲਕਾਂਡ ਕੀਤਾ, ਜਥੇਦਾਰ ਰਣਜੀਤ ਸਿੰਘ ਨੇ ਉਹਦੇ ਜੇਲ੍ਹ ਕੱਟੀ, ਉਹ ਸੂਰਮਾ ਸੀ ਕੌਮ ਦਾ, ਲੇਕਿਨ ਇਹਨੇ ਜਿੱਦਣ ਉਹਨੂੰ ਜਥੇਦਾਰ ਤੋਂ ਕੱਢਿਆ ਨਾ, ਉਹਨੂੰ ਤੁਸੀਂ ਦੇਖਿਆ ਹੋਣਾ ਟੀਵੀਆਂ 'ਤੇ ਦੇਖਿਆ ਹੋਣਾ, ਚੈਨਲਾਂ 'ਚ ਦੇਖਿਆ ਹੋਣਾ ਕਿ ਹਾਲਾਤ ਕਰਕੇ ਉਹਨੂੰ ਜਥੇਦਾਰੀ ਨੂੰ ਕੱਢਿਆ, ਕਿੱਦਾਂ ਮੁਕਤ ਕੀਤਾ ਜਥੇਦਾਰੀ ਤੋਂ। ਤੁਹਾਨੂੰ ਪਤਾ ਨਾ ਏਡੇ ਵੱਡੇ ਸੂਰਮੇ ਨੂੰ ਤੈਨੂੰ ਨਹੀਂ ਇਹਨੇ ਬਖਸ਼ਿਆ, ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ 23 ਸਾਲ ਨੂੰ ਇਹਨੇ ਨਹੀਂ ਬਖਸ਼ਿਆ। ਮੈਨੂੰ ਦੱਸੋ ਬਖਸ਼ਿਆ ਕਿਹਨੂੰ? ਇਹਨੂੰ ਤਾਂ ਵੋਟਾਂ ਲਈ ਇਹਨੇ ਜੋ ਬਰਗਾੜੀ ਕਾਂਡ ਕੀਤਾ, ਸਿਰਫ ਵੋਟਾਂ ਲਈ ਕੀਤਾ, ਆਪਣੀ ਵੋਟਾਂ ਲਈ, ਆਪਣੀ ਚੌਧਰਾਂ ਲਈ, ਆਪਣੀ ਵੋਟਾਂ ਲਈ ਕੀਤਾ। ਚਲੋ ਠੀਕ ਹੈ ਜੀ, ਹੁਣ ਇੱਕ ਸਟੈਂਡ ਮੈਨੂੰ ਇਹ ਕਲੀਅਰ ਕਰ ਦਿਓ ਕਿ ਤੁਸੀਂ ਹੁਣ CBI ਤੋਂ ਕੇਸ ਹਟਾ ਕੇ ਤੁਹਾਡੀ ਸਰਕਾਰ ਨੇ, ਕਾਂਗਰਸ ਨੇ ਪੰਜਾਬ ਦੇ ਵਿੱਚ ਹੁਣ ਪੰਜਾਬ ਪੁਲਿਸ ਦੇ ਹੱਥੋਂ ਇਨਵੈਸਟੀਗੇਸ਼ਨ ਕਰਨ ਦੀ ਮੰਗ ਕੀਤੀ ਹੈ, ਕਿ ਆਉਣ ਵਾਲੇ ਸਮੇਂ ਦੇ ਵਿੱਚ ਦਿਖੇਗਾ ਕੁਝ ਨਾ ਕੁਝ, ਕਿ ਸਿਰਫ ਇਹੀ ਗੱਲਾਂ ਹੋਣਗੀਆਂ ਆਰੋਪ ਪ੍ਰਤੀਆਰੋਪ ਦੀ ਸਿਆਸਤ ਦੇਖਣ ਨੂੰ ਮਿਲਣਗੀ? ਮੈਂ ਜੇ ਟੀਵੀ ਦੇ ਜ਼ਰੀਏ ਤੁਹਾਨੂੰ ਇੱਕ ਗੱਲ ਮੇਰੀ ਨੋਟ ਕਰ ਲਿਓ ਜੀ, ਔਰ ਇਹ ਸਭ ਬੰਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੇ ਦੀ ਬੇਅਦਬੀ ਕੀਤੀ ਹੈ, ਨਾ ਇਹਨਾਂ ਨੂੰ ਸਿੱਖਾਂ ਨੇ ਬਖਸ਼ਣਾ, ਨਾ ਇਹਨਾਂ ਨੂੰ ਸਿੱਖ ਕੌਮ ਨੇ ਬਖਸ਼ਣਾ। ਤੁਸੀਂ ਦੇਖ ਲਓ ਵੱਟੇ ਪੈਣੇ ਨੇ, ਜਿੱਧਰ ਜਿੱਧਰ ਜਾਣਾ ਉਹਨੂੰ ਵੱਟੇ ਮਾਰਨੇ ਲੋਕਾਂ ਨੇ। ਗੁਰੂ ਦੀ ਬੇਅਦਬੀ ਕੋਈ ਨੀ ਸਹਾਰ ਸਕਦਾ, ਗੁਰੂ ਦੀ ਬੇਅਦਬੀ ਨਾ ਕਿਸੇ ਨੇ ਸਹਾਰਨੀ ਹੈ, ਨਾ ਪਹਿਲਾਂ ਸਾਰੀ ਕਦੀ ਕਿਸੇ ਨੇ, ਤੁਹਾਨੂੰ ਪਤਾ। ਔਰ ਇਹਨਾਂ ਨੂੰ ਸਜ਼ਾ ਲਾਜ਼ਮੀ ਹੋਏਗੀ, ਇਹ ਮੇਰੀ ਗੱਲ ਨੂੰ ਅੱਜ ਨੋਟ। ਸ਼੍ਰੋਮਣੀ ਅਕਾਲੀ ਦਲ ਬਾਦਲ ਇਹ ਵੀ ਕਹਿੰਦੀ ਹੈ ਕਿ ਪੋਲੀਟੀਕਲ ਪਾਵਰ ਗੇਨ ਕਰਨ ਦੇ ਲਈ ਇਹ ਸਭ ਕੁਝ ਤੁਸੀਂ ਕਰਾਇਆ, ਔਰ ਸਾਡੇ ਖਿਲਾਫ ਹੀ ਰਣਜੀਤ ਸਿੰਘ ਕਮਿਸ਼ਨ ਨੂੰ ਲੈ ਕੇ ਆ ਗਏ। ਕਿਹਦੇ ਕੋਲ ਕਰਵਾਉਂਦੇ ਰਿਪੋਰਟ? ਇਹਨਾਂ ਨੇ ਨਹੀਂ ਕਰਾਈ, ਇਹਨਾਂ ਨੇ ਕਿਉਂ ਕਰਾਈ? ਇਹਨਾਂ ਦਾ ਰਾਜ ਹੋਇਆ, ਇਹਨਾਂ ਦਾ ਰਾਜ ਹੋਇਆ, ਇਹਨਾਂ ਨੇ ਕੀ ਕੀਤਾ? ਇਹਨਾਂ ਦੇ ਮਾਰੇ ਆ, ਇਹਨਾਂ ਮਾਰਨ ਨੇ ਤੇ ਰਿਪੋਰਟ ਉਹ ਜਿਹੜੇ ਨੇ ਕੀਤੀ, ਬਦਲਾ ਉਹ ਲੈਣ, ਮਾਰਨ ਨੇ ਬਦਲਾ ਉਹ ਲੈਣ, ਇਹ ਵੀ ਕਿਤੇ ਇਨਸਾਫ ਹੈਗਾ? ਇਹਨਾਂ ਨੇ ਕਿਉਂ ਨਹੀਂ ਲਿਆ, ਇਹਨਾਂ ਨੇ ਕਿਉਂ ਨਹੀਂ ਫੜਿਆ ਕਿਸੇ ਨੂੰ? ਚਲੋ ਠੀਕ ਹੈ, ਕੁਲਬੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਔਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਕਾਲਰਸ ਮੇਰੇ ਨਾਲ ਬਹੁਤ ਜੁੜੇ ਹੋਏ ਨੇ ਇਸ ਟਾਈਮ ਫੋਨ ਲਾਈਨ ਦੇ ਉੱਤੇ, ਮੈਂ ਆਪਣੇ ਇੱਕ ਅੱਧੇ ਕਾਲਰ ਦੇ ਲੈ ਲਾਂ, ਫਿਰ ਮੈਨੂੰ ਬ੍ਰੇਕ ਦੇ ਉੱਤੇ ਵੀ ਜਾਣਾ, ਮੈਂ ਵਿਚਾਰ ਜਾਣ ਲਵਾਂ ਕਾਲਰਸ ਕੀ ਕੁਛ ਕਹਿਣਾ ਚਾਹੁੰਦੇ ਹਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਹਰਕੀਰਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭੋਗਲ ਜੀ, ਸਤਿ ਸ਼੍ਰੀ ਅਕਾਲ। ਜਲਦੀ ਕੰਪਲੀਟ ਕਰਿਓ ਗੱਲ ਨੂੰ ਆਪਣੀ, ਬਹੁਤ ਸਾਰੇ ਕਾਲਰਸ ਨੇ ਅੱਜ। ਟਾਈਮ ਤੇ ਬਿਲਕੁਲ ਹੈ ਨਹੀਂ, ਮੈਂ ਤੇ ਜਿਹੜੇ ਪਹਿਲੇ ਜਿੰਨੇ ਵੀ ਤੁਹਾਡੇ ਬੁਲਾਰੇ ਆਏ ਨੇ ਦੂਸਰੀ ਪਾਰਟੀਆਂ ਦੇ, ਮੈਂ ਤੇ ਅੱਗੇ ਵੀ ਕਹਿੰਦੇ ਰਹੇ ਇੰਡੀਅਨ ਪੋਲਿਟਿਕਸ ਇਜ਼ ਨਥਿੰਗ ਬਟ ਬਲੇਮ ਗੇਮ। ਜੀ ਜੀ, I have said that time and time again, they are not honest and sincere in solving the issues which are being faced by the public of Punjab. Correct. ਜੀ ਹੈ ਨਾ ਜੀ, ਇਹ ਸਾਰੇ ਜੇ ਦੇਖੋ ਪੰਜਾਬੀ ਚ ਕਹਿੰਦੇ ਨੇ ਬੇੜਾ ਗਰਕ, ਦੇਖੋ ਇਹ ਡੁੱਬੀ ਤਾਂ ਜਾਂ ਸਾਹ ਨਾ ਆਇਆ, ਹੁਣ ਬੇੜਾ ਜੇ ਇਹ ਸਾਰੇ ਇਮਾਨਦਾਰ ਨੇ ਸਾਰੀਆਂ ਪਾਰਟੀਆਂ, ਅਕਾਲੀ ਜਾਂ ਕਾਂਗਰਸ ਜਾਂ BJP, ਜੇ ਸਾਰੇ ਦੁੱਧ ਉੱਤੇ ਆਪਣੇ ਆਪ ਨੂੰ ਕਹਿੰਦੇ ਨੇ ਤੇ ਪੰਜਾਬ ਦਾ ਬੇੜਾ ਇੱਦਾਂ ਗਰਕ ਕਿਉਂ ਹੋਇਆ ਫਿਰ? ਜੀ 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 ਜੀ, ਇਹ ਕਾਮਨ ਸੈਂਸ, ਇਹ ਕਾਮਨ ਸੈਂਸ ਵਾ ਨਾ ਜੀ 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 ਜੀ, ਇਹ ਬਲੇਮ ਗੇਮ ਨਹੀਂ ਤੇ ਹੋਰ ਕੀ ਆ? ਜੀ 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 ਜੀ, ਇਹਨਾਂ ਵਿੱਚ ਹਿਰਦੇ, ਆ ਜਿਹੜੇ ਭਾਈ ਸਾਹਿਬ ਕਹਿੰਦੇ ਸੀ ਨਾ ਹਿਰਦੇ ਬਲੂੰਦਰੇ ਗਏ, ਕਹਿ ਕੇ ਗਏ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਤੇ ਸਾਡੇ ਹਿਰਦੇ ਕਹਿੰਦੇ ਬਲੂੰਦਰੇ ਗਏ, ਇਹ ਕਹਿਣਾ ਬੜਾ ਸੌਖਾ, ਹਿਰਦੇ ਬਲੂੰਦਰੇ ਗਏ ਪਰ ਕੀਤਾ ਕੁਝ ਨਹੀਂ, ਕੀਤਾ ਕੁਝ ਨਹੀਂ। ਬਹੁਤ ਬਹੁਤ ਧੰਨਵਾਦ ਭੋਗਲ ਜੀ, ਹੋਰ ਵੀ ਕਾਲਰਸ ਨੇ ਵੀ ਕਾਲ ਚੱਕ ਲਈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਮੈਨੂੰ ਸੁਣ ਪਾ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਮਨਿੰਦਰ ਮਾਨ ਬੋਲ ਰਿਹਾ ਨੈਣ ਤੋਂ ਜੀ। ਜੀ ਕੀ ਕਹਿਣਾ ਚਾਹੋਗੇ? ਤਿੰਨ ਗੱਲਾਂ ਮੈਂ ਕਹਿਣੀ ਜੀ, ਮੈਂ ਬਾਅਦ ਟਾਈਮ ਨਹੀਂ ਤੁਹਾਡੇ ਨਾਲ ਜੀ। ਪਹਿਲੀ ਗੱਲ,
84 ਦੇ ਦੰਗਿਆਂ ਦੇ ਵਿੱਚ ਕੌਣ ਹੈ ਜੀ, ਕਿਹਦਾ ਹੱਥ ਹੈ? ਤੁਸੀਂ ਇਹਨੂੰ ਦੰਗਾ ਮੰਨਦੇ ਹੋ, ਜੈਨੋਸਾਈਡ ਨਸਲ ਖੁਸ਼ੀ ਮੰਨਦੇ ਹੋ? ਪਹਿਲਾਂ ਤਾਂ ਇਹ ਕਲੀਅਰ ਕਰ ਦਿਓ, ਜਦੋਂ ਵੀ ਕੋਈ ਵੀ ਗੱਲ ਹੋਵੇ ਉਹਦੇ ਵਿੱਚ ਕਿਹੜੀ ਸਰਕਾਰ ਸੀ ਜੀ? ਜੀ ਦੂਜੀ ਗੱਲ, ਤੁਸੀਂ ਹੁਣ ਆਹ ਗੱਲਾਂ ਕਰਨ ਲੱਗੇ ਹੋ ਜੀ ਵੀ ਆਹ ਇਹਦੇ ਵਿੱਚ ਬਰਗਾੜੀ ਦਾ ਆਹ ਹੋ ਗਿਆ, ਆਹ ਹੋ ਗਿਆ ਜੀ। ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਜੀ, ਸਾਡੀ ਜਿਹੜੀ ਜਨਤਾ ਹੈ ਨਾ ਜੀ, ਜਿਹੜੇ ਗੁਰੂ ਘਰਾਂ ਦੇ ਵਿੱਚ ਗ੍ਰੰਥ ਸਾਹਿਬ ਲਿਖੇ ਪਏ ਆ ਸਹੀ ਹੱਥ ਲਿਖਦੇ ਜੀ, ਉਹਨਾਂ ਦਾ ਇਹ ਸਤਿਕਾਰ ਕਰ ਰਹੇ, ਦੂਜਿਆਂ ਨੂੰ ਇਹ ਬੁੱਕ ਸਮਝਦੇ ਆ, ਪੇਪਰ ਸਮਝਦੇ ਆ, ਲਾਇਕ ਅਖਬਾਰ ਜੀ। ਜੇ ਉਹ ਕਰਦਾ, ਤੀਜੀ ਗੱਲ, ਜੇ ਉਹ ਕਰਦਾ ਉਹਨੂੰ ਰੱਬ ਦਊਗਾ ਸਜ਼ਾ? ਤੁਸੀਂ ਕੌਣ ਬਣੇ ਆ ਜੀ? ਇਹ ਕਿੰਨੇ ਗੱਲਾਂ ਹੈ ਕਿ ਬਾਕੀ ਇਹ ਕਾਂਗਰਸ ਵਾਲੀਆਂ ਦਾ ਰੌਲਾ ਪਾਉਣ ਗਏ, ਉਹਨੂੰ ਇਹੀ ਦੱਸ ਦੇ ਵੀ 84 ਦੇ ਦੰਗਿਆਂ ਦਾ ਕੀ ਹੋਇਆ, ਬਾਕੀ ਹੁਣ ਤੋਂ ਪਤਾ ਲੜ ਕੇ ਤੇ ਵੀ ਅਕਾਲੀ ਦਲ ਅੱਗੇ ਫਲਾਣਾ ਦਲ ਕਿਹੜਾ ਦਲ। ਓਕੇ, ਥੈਂਕ ਯੂ ਵੈਰੀ ਮੱਚ। ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਧੰਨਵਾਦ। ਜਿਹੜੇ ਕਾਲਰਸ ਮੈਨੂੰ ਕਾਲ ਕਰ ਰਹੇ ਨੇ, ਮੈਂ ਉਹਨਾਂ ਨੂੰ ਦਰਖਾਸਤ ਕਰਾਂਗਾ ਕਿ ਤੁਸੀਂ ਆਪਣੇ ਫੋਨ ਕਾਲ ਨੂੰ ਨਾ ਕੱਟਿਓ, ਮੈਂ ਤੁਹਾਡੀ ਸਾਰੀ ਕਾਲਸ ਨੂੰ ਕਿਊ ਦੇ ਵਿੱਚ ਪਾ ਰਿਹਾ, ਔਰ ਜਦ ਮੈਂ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ, ਇੱਕ ਇੱਕ ਕਰਕੇ ਜਲਦ ਤੋਂ ਜਲਦ ਤੁਹਾਡੇ ਪ੍ਰਤੀਕਰਮ ਲਵਾਂਗਾ ਇਸ ਬ੍ਰੇਕ ਤੋਂ ਉਸ ਪਾਰ।